ਮੈਥੋਂ ਨਹੀਂ ਤੇਰੇ ਪਖੰਡ ਕੀਤੇ ਜਾਂਦੇ, ਹਰ ਵੇਲੇ ਤੇਰੇ ਪਖੰਡ ਹੀ ਕਰੀ ਜਾਓ। ਜਦੋਂ ਮੈਂ ਸਵੇਰੇ ਤੈਨੂੰ ਪੁੱਛਿਆ ਸੀ ਉਦੋਂ ਕਿੱਥੇ ਗਿਆ ਸੀ? ਕੋਈ ਆਕਰਾ ਜੇ ਲੱਗੀ ਆ? ਆਖਰੀ ਆਉਣ ਲੱਗੀ ਆ, ਮੇਰੇ ਕੋਲ ਨਹੀਂ ਇਹ ਕੰਮ ਕੀਤੇ ਜਾਂਦੇ, ਠੀਕ ਹੈ ਨਾ? ਜਿਹਦੇ ਤੁਸੀਂ ਨਹੀਂ ਕਰਨਾ ਤੇ ਹੋਰ ਕਿੰਨੇ ਕਰਨਾ ਕੰਮ? ਜਾ ਜਿਹਨੂੰ ਜਿਹਦੇ ਕੋਲ ਮਰਜ਼ੀ ਕਰਾ ਲਾ, ਮੈਂ ਨਹੀਂ ਕਰਨਾ ਕੋਈ ਕੰਮ ਤੇਰਾ। ਉਹਦੇ ਲਈ ਆਂਦਾ ਇੱਥੇ? ਆਹੋ, ਕਿ ਹੁਣ ਤੂੰ ਮੈਨੂੰ ਰੋਕ ਪਾ ਕੇ ਦੱਸੇਂਗਾ ਨਾ? ਮੈਂ ਕਾ ਤੂੰ ਜਿਹਦਾ ਰੋਕ ਦਵਾਂ, ਠੀਕ ਹੈ ਨਾ? ਕੰਮ ਕਰਨਾ ਆਪਣਾ ਕਰ, ਨਹੀਂ ਕਹਿੰਦਾ ਨਾ ਕਰ, ਮੈਨੂੰ ਬੜੀ ਅੱਖਾਂ ਵਿਖਾਉਣ ਦੀ ਲੋੜ ਨਹੀਂ ਆ। ਮੰਮੀ ਮਿੱਠੇ ਚੌਲ ਕੀ ਮੰਗ ਲੈ, ਉਤੋਂ ਛੱਤੀ ਛੱਤੀ ਗੱਲਾਂ ਕਰਦੀ ਆ ਇਹ। ਜਦ ਮੈਂ ਇਹਨੂੰ ਸਵੇਰੇ ਪੁੱਛਿਆ ਸੀ ਕੀ ਖਾਣਾ, ਉਦੋਂ ਇਹ ਬੋਲਿਆ ਨਹੀਂ, ਹੁਣ ਮੈਂ ਸਾਰਾ ਕੰਮ ਮੁਕਾ ਲਿਆ, ਸੋ ਇਹਦੇ ਤੇ ਸਫਾਈ ਕਾਂਢੀ ਤੇ ਹੁਣ ਚੌਲ ਮੰਗਣ ਡਿਆ ਪਿਆ ਵਾ। ਮੇਰੀ ਗੱਲ ਸੁਣ, ਜੇ ਤੂੰ ਚੌਲ ਬਣਾ ਦਿੰਦੀ ਤੇ ਕਿਹੜੀ ਅੱਖ ਰਾਤ ਚੱਲੀ, ਤੇਰੇ ਹੱਥਾਂ ਨੂੰ ਮਹਿੰਦੀ ਲੱਗੀ ਜਾਂ ਲੱਤ ਚੱਲੀ? ਹੱਥਾਂ ਨੂੰ ਮੇਰੇ ਮਹਿੰਦੀ ਤੇ ਨਹੀਂ ਲੱਗੀ, ਅੱਧੇ ਦਿਨ ਮੇਰੇ ਕੋਲ ਨਹੀਂ ਇਹਨਾਂ ਦੇ ਕੰਮ ਕੀਤੇ ਜਾਂਦੇ। ਮਾਂ ਨੇ ਆਹੋ ਕੁਛ ਸਿਖਾ ਲਿਆ ਬੋਲਣਾ? ਮੇਰੀ ਮਾਂ ਤੇ ਨਹੀਂ ਜਾਣਾ, ਮੇਰੇ ਨਾਲ ਗੱਲ ਕਰਨੀ ਤੇ ਜੋ ਜਿਹੜੀ ਜਿੱਦਾਂ ਮਰਜ਼ੀ ਗੱਲ ਕਰੋ। ਤਾਂ ਮਾਂ ਨੂੰ ਆਖਣਾ ਨਹੀਂ ਗਾ, ਮਾਂ ਨੇ ਸਿਖਾ ਲਿਆ ਕੀ ਫਿਰ ਤੈਨੂੰ? ਜੇ ਤੈਨੂੰ ਆਉਂਦੇ ਹੁੰਦੇ ਤਾਂ ਉਹਨੂੰ ਬਣਾ ਕੇ ਦੇ ਦਿੰਦੀਆਂ ਚੌਲ। ਜਦੋਂ ਪੁੱਛੀਦਾ ਉਦੋਂ ਇਹਨਾਂ ਨੇ ਬੋਲਣਾ ਨਹੀਂ ਹੁੰਦਾ ਕੋਈ। ਦੇਖਾ ਮੈਂ ਇਹਨਾਂ ਨੇ ਕਰਨਾ ਤੇ ਹੋਰ ਕਿੰਨੇ ਕਰਨਾ ਫਿਰ? ਕਿੰਨਾ ਰੌਲਾ ਪਾਇਆ, ਕੁੱਕੜਾ ਮਾਂ ਕਿ ਕਿੱਦਾਂ ਡਏ ਆ ਦੋਵੇਂ ਜਾਣੇ ਲੜਨ ਤੇ? ਤੁਸੀਂ ਧੱਕੇ ਨਾ ਡਾਪੇ ਜੇ ਮੇਰੇ ਨਾਲ, ਮੈਂ ਤਾਂ ਗੱਲ ਕਾਦੀ ਲੜਾਈ, ਮੁੰਡੇ ਨੇ ਚੌਲ ਮੰਗੇ ਤਾਂ ਉਹਨੂੰ ਚੌਲ ਬਣਾ ਕੇ ਦੇ। ਮੈਂ ਤਾਂ ਨਹੀਂ ਬਣਾ ਕੇ ਦਿੱਤੇ ਜਾਂਦੇ। ਨਹੀਂ ਇਹਦਾ ਕੀ ਮਤਲਬ ਆ ਮੈਨੂੰ ਗੱਲ ਕਰਨ ਦਾ? ਮੈਨੂੰ ਗੱਲ ਕਰੇ ਵਿੱਕੀ, ਇਹ ਕੌਣ ਹੁੰਦਾ ਮੈਨੂੰ ਗੱਲ ਕਰਨ ਵਾਲਾ? ਭੂਏ ਜਿਹੜਾ ਆ ਤੁਸੀਂ, ਨਖਰੇ ਚੱਲੋ ਤੁਸੀਂ, ਮੈਂ ਕਿਉਂ ਇਹਦੇ ਨਖਰੇ ਚੱਲਾਂ? ਨਹੀਂ ਟੱਕੀ ਰਹਿ ਟੱਕੀ, ਮੇਰੀ ਜ਼ਬਾਨ ਨਾ ਖਲਾ, ਮੈਨੂੰ ਪਤਾ ਤੇਰਾ ਸਾਰਾ ਹੀ, ਤੇਰੀ ਮਾਂ ਨੇ ਤੈਨੂੰ ਬੜੀ ਭੂਏ ਚੜਾਇਆ ਆ, ਤੂੰ ਤੇ ਆਪਣੀਆਂ ਭਰਜਾਈਆਂ ਨਾਲ ਕਿਤੇ ਲਾ ਕੇ ਨਹੀਂ ਉੱਥੇ ਖਾਧੀ, ਐਡੀ ਐਡੀ ਲੰਮੀ ਜ਼ਬਾਨ ਉਹਨਾਂ ਨਾਲ ਬੋਲਦੀ ਆ, ਸਾਰਾ ਹੀ ਪਤਾ ਮੈਨੂੰ ਤੇਰੇ ਬਾਰੇ। ਟੋਰ ਨਾ ਮੈਂ ਉੱਥੇ ਰੋਟੀ ਖਾਧੀ ਸੀ, ਟੋਰ ਨਹੀਂ ਮਿੱਠੇ ਖਾਣੀ ਆ, ਕਿਹਦੀ ਮੈਂ ਗੱਲ ਨਹੀਂ ਸੁਣਨੀ? ਜੇ ਟੋਰ ਨਾ ਰੋਟੀ ਖਾਣੀ ਆ ਨਾ, ਉੱਥੇ ਜਾ ਕੇ ਖਾ ਆਪਣੇ ਪੇਕੇ, ਇੱਥੇ ਨਹੀਂ ਟੋਰ ਚੱਲਣਾ ਤੇਰਾ, ਬੰਦੀ ਬਣ ਕੇ ਤੇ ਚੌਲ ਬਣਾ ਜਾ ਕੇ, ਪਤਾ ਹੀ ਨਹੀਂ ਹੈਗਾ ਵੱਡੇ ਨਿੱਕੇ ਨਾਲ ਕਿੱਦਾਂ ਬੋਲਣਾ ਆ, ਵੇਹਨੀ ਕੀ ਆ ਜਾ ਕੇ ਤੇ ਚੌਲ ਬਣਾ। ਮੰਮੀ ਜੀ, ਡੈਡੀ ਦੇ ਜਾਣ ਤੋਂ ਬਾਅਦ ਨਾ ਘਰ ਦੇ ਵਿੱਚ ਉਹ ਵਾਲੀ ਰੌਣਕ ਜੀ ਨਹੀਂ ਰਹੀ, ਵਿਹੜਾ ਜਿਹੜਾ ਸੁੰਨਾ ਸੁੰਨਾ ਜਿਹਾ ਹੀ ਲੱਗਦਾ ਵਾ। ਇਹ ਤਾਂ ਗੱਲ ਹੈ ਧੀਏ, ਕੀ ਕਰਨਾ ਫਿਰ, ਰੱਬ ਅੱਗੇ ਕੋਈ ਜ਼ੋਰ ਥੋੜ੍ਹਾ ਵਾ, ਭਾਣਾ ਮੰਨਣਾ ਪੈਂਦਾ ਵਾ। ਸੱਚ ਪੁੱਛੋ ਨਾ, ਅਤੇ ਉੱਥੇ ਜਾਣ ਨੂੰ ਦਿਲ ਹੀ ਨਹੀਂ ਹੁਣ ਕਰਦਾ ਹੈਗਾ, ਅੱਜ ਸਿਰਫ ਤੁਹਾਡੇ ਮੂੰਹ ਨੂੰ ਚੱਲ ਜਾਈਦਾ ਵਾ, ਨਹੀਂ ਤਾਂ ਉੱਥੇ ਨਹੀਂ ਜਾਣ ਨੂੰ ਜੀ ਕਰਦਾ ਹੁਣ। ਨਾ ਧੀਏ ਨਾ, ਇਹ ਗੱਲ ਨਾ ਕਰ, ਤੂੰ ਆਇਆ ਕਰ, ਮੈਂ ਆ ਭਰਜਾਈਆਂ ਤੇਰੀਆਂ, ਭਰਾ ਤੇਰੇ, ਤੂੰ ਕਿਹੜੀ ਗੱਲੋਂ ਨਹੀਂ ਆਉਣਾ? ਅਸਲ ਵਿੱਚ ਤਾਂ ਪੇਕੇ ਭਰਾ ਭਰਜਾਈਆਂ ਨਾਲ ਹੁੰਦੇ ਨੇ, ਇੱਦਾਂ ਨਹੀਂ ਕਰੀਦਾ ਹੋਈਦਾ। ਮੰਮੀ ਜੀ, ਤੁਸੀਂ ਮੈਨੂੰ ਉਹਨਾਂ ਨਾਲ ਮਿਲ ਵਰਤਣ ਨੂੰ ਕਹਿਣ ਦੇ, ਜਦੋਂ ਡੈਡੀ ਜਿੰਦੇ ਸੀ ਮੇਰਾ ਤਾਂ ਉਦੋਂ ਨਹੀਂ ਸੀ ਮਨ ਮੰਨਦਾ ਇਹਨਾਂ ਦੋਵਾਂ ਦੇ ਨਾਲ ਮਿਲ ਵਰਤਣ ਨੂੰ, ਹੁਣ ਤਾਂ ਫਿਰ ਗੱਲ ਹੋਰ ਆ, ਮੇਰਾ ਇਸੇ ਕਰਕੇ ਮੈਂ ਉੱਥੇ ਜਾਣਾ ਛੱਡਤਾ ਵਾ। ਨਾ ਧੀਏ ਨਾ, ਇੱਦਾਂ ਨਹੀਂ ਕਰੀਦਾ, ਜਦੋਂ ਤੇਰੇ ਡੈਡੀ ਨੇ ਮੰਨ ਲਿਆ ਸੀ ਅਤੇ ਹੁਣ ਤੂੰ ਵੀ ਮੰਨ ਲਾ ਇਸ ਗੱਲ ਨੂੰ, ਅਤੇ ਆਪਣੇ ਭਰਾ ਭਰਜਾਈਆਂ ਨਾਲ ਸੋਹਣਾ ਵਾਲਾ ਮਿਲ ਵਰਤ, ਉਹ ਤੇਰੇ ਨਾਲ ਵਰਤਣ, ਅਤੇ ਫਿਰ ਹੀ ਹੈ ਜੇ ਤੂੰ ਨਫ਼ਰਤ ਰੱਖੇਂਗੀ ਹਰ ਵੇਲੇ ਆਪਣੇ ਮਨ 'ਚ, ਅਤੇ ਫਿਰ ਜਦੋਂ ਉਹ ਨਹੀਂ ਕੋਈ ਨਫ਼ਰਤ ਕਰਦੇ, ਮੇਰੇ ਨਾਲ ਵੀ ਬਥੇਰਾ ਕਰਦੇ ਆ, ਪੈਸਾ ਧੇਲਾ ਸਾਰਾ ਇਕੱਠੇ ਘਰ 'ਚ ਵਰਤਣ ਡਏ ਨੇ, ਮੇਰਾ ਕੱਪੜਾ ਲੀੜਾ ਧੋ ਕੇ ਦਿੰਦੇ, ਸਾਰੇ ਕੰਮ ਵਧੀਆ ਕਰਨ ਡਏ ਨੇ, ਅਤੇ ਫਿਰ ਤੂੰ ਇੱਦਾਂ ਕਰੀ ਜਾਏਂਗੀ ਤਾਂ ਉਹਨਾਂ ਤੇਰੇ ਤੋਂ ਹੋਰ ਥੋੜ੍ਹਾ ਪਿੱਛੇ ਹਟ ਜਾਣਗੇ, ਉਹਨਾਂ ਮਿਲਣਾ ਵਰਤਣਾ ਤੇਰੇ ਨਾਲ, ਜਦੋਂ ਕੱਲ੍ਹ ਨੂੰ ਮੈਂ ਮਰ ਗਈ ਤਾਂ ਫਿਰ ਤੂੰ ਉਹ ਵੇਖੇ ਨਾ ਸੀ। ਵੇਖ ਧੀਏ, ਮੈਂ ਵੀ ਕਿੰਨੀ ਉਹਦੇ ਨਾਲ ਨਫ਼ਰਤ ਕੀਤੀ ਆ, ਅਤੇ ਉਹ ਸਾਨੂੰ ਦਿਲੋਂ ਪਿਆਰ ਕਰਦੀ ਸੀ, ਹੁਣ ਸਾਨੂੰ ਅਹਿਸਾਸ ਹੋਇਆ ਵਾ, ਅਤੇ ਤੂੰ ਵੀ ਉਹਨਾਂ ਨਾਲ ਜਾਇਆ ਆਇਆ ਕਰ, ਤਾਂ ਕੋਈ ਗੱਲ ਨਹੀਂ, ਉਹਨੇ ਫੈਕਟਰੀ ਬਚਾਈ, ਉਹਨੇ ਘਰ ਆਪਣੇ ਦੇ ਵਿੱਚ ਖਰਚਾ ਪਾਣੀ ਸਾਰਾ ਕੁਛ ਕਰ ਦਿੱਤਾ, ਅਤੇ ਅਸੀਂ ਕਿਉਂ ਉਹਨਾਂ ਨਫ਼ਰਤ ਕਰਨੀ ਆ, ਤੈਨੂੰ ਸੋਹਣਾ ਘਰ ਮਿਲਿਆ ਵਾ, ਅਤੇ ਤੂੰ ਉੱਧਰ ਵੀ ਸੋਹਣਾ ਸਭ ਕੁਛ ਚੱਲਣ ਡਿਆ ਆ, ਤੂੰ ਆਇਆ ਕਰ ਜਾਇਆ ਕਰ, ਸਭ ਕੁਛ ਵਧੀਆ ਹੋ ਜਾਣਾ ਵਾ, ਇੱਦਾਂ ਨਹੀਂ ਕਰੀਦਾ, ਭਰਾ ਭਰਜਾਈਆਂ ਨਾਲ ਵਧੀਆ ਰਹੀਏ ਅਤੇ ਵਧੀਆ ਟਾਈਮ ਪਾਸ ਹੁੰਦੇ। ਸਵਾਹ ਚੰਗਾ ਜੇ, ਆ ਮੇਰਾ ਘਰ ਵਾਲਾ ਤਾਂ ਫਿਰ ਵੀ ਠੀਕ ਆ, ਜੇ ਮੇਰੀ ਕੋਈ ਨਨਾਣੀ ਨਾ ਹੈਗੀ ਤਾਂ ਮੇਰਾ ਜਿਹੜਾ ਦਿਓਰ ਆ ਨਾ, ਨਨਾਣਾ ਨਾਲੋਂ ਵੱਧ ਕੇ ਮੇਰੇ ਨਾਲ ਪੰਗੇ ਲੈਂਦਾ ਵਾ, ਚੌਵੀ ਘੰਟੇ ਮੇਰੇ ਨਾਲ ਲੜਦਾ ਹੀ ਰਹਿੰਦਾ। ਅਜੇ ਪਰਸੋਂ ਦੱਸਾਂ ਕੀ ਹੋਇਆ, ਚੌਲ ਮੰਗਣ ਡਿਆ ਸੀ, ਅਤੇ ਮੈਂ ਜਦੋਂ ਉਹਨੂੰ ਸਵੇਰੇ ਪੁੱਛਿਆ ਕਿ ਕੀ ਕੁਛ ਬਣਾਵਾਂ ਤੇਰੇ ਲਈ, ਉਹਨੂੰ ਕੁਛ ਨਹੀਂ ਦੱਸਿਆ, ਜਦੋਂ ਮੈਂ ਸਾਰਾ ਕੰਮ ਨਬੇੜ ਲਿਆ ਨਾ, ਫਿਰ ਮੇਰੇ ਦੁਆਲੇ ਹੋ ਗਿਆ ਕਿ ਮੈਨੂੰ ਚੌਲ ਬਣਾ ਕੇ ਦਿਓ, ਜੇ ਮੈਂ ਉਹਨੂੰ ਬੋਲੀ ਤਾਂ ਸੱਸ ਮੇਰੀ ਮੇਰੇ ਨਾਲ ਡੈ ਵੀ ਲੜਨਾ, ਅਤੇ ਮੈਨੂੰ ਵਿੱਕੀ ਨੇ ਧੱਕੇ ਵੀ ਮਾਰੇ ਜੇ। ਚੱਲ ਕੋਈ ਨਹੀਂ, ਜਿੱਥੇ ਚਾਰ ਭਾਂਡੇ ਹੋਣ ਉੱਥੇ ਠਹਿਕਦੇ ਹੁੰਦੇ ਆ, ਅਤੇ ਨਾਲੇ ਗੱਲ ਸੁਣ, ਤੂੰ ਕਿਹੜੀ ਆਪਣੀ ਭਾਬੀਆਂ ਨਾਲ ਘੱਟ ਕਰਦੀ ਹੁੰਦੀ, ਮੈਨੂੰ ਦੱਸ ਵਿੱਕੀ ਨੇ ਕਦੋਂ ਆਉਣਾ ਮੈਨੂੰ ਛੱਡ ਹੀ ਆ ਬੇਟੇ ਤੱਕ। ਮੰਮੀ ਜੀ, ਇੰਨੀ ਗਰਮੀ 'ਚ ਕਿੱਥੇ ਜਾਓਗੇ, ਕੋਈ ਨਹੀਂ ਘੜੀ ਕਰ ਠਹਿਰ ਕੇ ਚੱਲ ਜਿਓ। ਠਹਿਰ ਕੇ ਕਿ ਹੁਣ ਜਾਵਾਂਗੇ ਤਾਂ ਸ਼ਾਮਾਂ ਹੀ ਪੈ ਜਾਣੀਆਂ। ਮੰਮੀ ਦੇ ਪੈਰਾਂ ਇੰਨੀਆਂ ਲੱਗੀਆਂ, ਆਰਾਮ ਨਾਲ ਲੰਮੇ ਪਵੋ, ਅਤੇ ਕੋਈ ਗੱਲ ਨਹੀਂ ਛੱਡ ਆਵਾਂਗੇ ਤੁਹਾਨੂੰ। ਚਲੋ ਠੀਕ ਹੈ। ਵਿੱਕੀ, ਅੱਜ ਪੱਕਾ ਸ਼ਾਮਾਂ ਨੂੰ ਜਾਣਾ ਵਾ।
ਓਏ ਆਪਾਂ ਚਲ ਜਾਾਂਗੇ ਫੇਰ ਮੈਂ ਕਿਹਾ ਮੈਂ ਮੰਮੀ ਨੂੰ ਫੋਨ ਲਾਵਾਂ ਕਰ ਦੇ ਤੂੰ ਕੋਈ ਗੱਲ ਨਹੀਂ ਜਦੋਂ ਮੈਂ ਕਹਤਾ ਚਲ ਜਾਾਂਗੇ ਤੇ ਜਾਊਂਗਾ ਹੀ ਚਲ ਠੀਕ ਹੈ ਮੈਂ ਮੰਮੀ ਨੂੰ ਫੋਨ ਲਾਵਾਂ ਚੰਗਾ ਸਤਿ ਸ਼੍ਰੀ ਅਕਾਲ ਮੰਮੀ ਜੀ ਹਾਂਜੀ ਮੰਮੀ ਜੀ ਮੈਂ ਕਿਹਾ ਅੱਜ ਆਪਾਂ ਸ਼ਾਮਾਂ ਨੂੰ ਆਵਾਂਗੇ ਮੈਂ ਅਤੇ ਵਿੱਕੀ ਹਾਂਜੀ ਚਲੋ ਠੀਕ ਹੈ ਫਿਰ ਮੈਂ ਤਿਆਰੀ ਕਰ ਲਵਾਂ ਚੰਗਾ ਚੰਗਾ ਓਕੇ सिर पीट का बहाना मार ला सिर बन ला अपना तू बननी इदा ही करती है आहो तनु रख इथे चल ठीक है फिर बन के पै जानी आहो जा को कपड़ा लिया दे सिर बनन ਮੰਮੀ ਜੀ ਮੈਂ ਫਿਰ ਚੱਲੀ ਜੇ ਅਤੇ ਰੋਟੀ ਪਾਣੀ ਕਰ ਲਿਓ ਠੀਕ ਆ ਜਾਣਾ ਤਾਂ ਪੁੱਤ ਚੱਲ ਜਾ ਮੈਂ ਤਾਂ ਠੀਕ ਨਹੀਂ ਸਿਰ ਪੀ ਬਹੁਤ ਮੇਰੇ ਹੋਣ ਡੇਗੀ ਹਾਏ हां तेन तो कल तो डीकन डे हाँ चल फिर कल इदा होया ही तो चल कोई गल नहीं अज तो आओगे ना हूँ तो सब कुछ ठीक है ना इधर घर पुत अपना घर भी वेखीदा आ अपना घर वेख के तो फिर तुरीदा घरों चल ठीक है सब कुछ तो फिर इंज कर भी अज 9 बजे तक आ जाएंगी ठंडे ठंडे आ जाओ फिर हैं ठीक है तुर पे जाओ ना चल तुर पो 10 मिनटा तक आ जाओ ठंडे ठंडे फिर चल ठीक है फिर चंगा चल ठीक है संदीप हाँ जी मम्मी जी आज तू ना जा क्या आज प्रीत और विक्की ने आना वा तो तू रह ला जा तो फिर पहला दस दिन मैं उठे दिखा दी अपनी छुट्टी उन्हें कल आना ही तो उन्हें घर कोई माड़ी मोटी गल होगी तो कल आई ना तो अज हूँ तैयार हो तो बंदा चंगा नहीं लगता फिर आखेगी भी अरे मेरा करके चल चली चलो ठीक मैं फोन करके वेखदी हूँ पुछदी उन्होंने आप कर ला फोन तो कोई नहीं अज की दिहाड़ी तू ना जा फिर ठीक है हाँ तो उन्होंने आने की तैयारी कर लो चंगा ठीक है
ਹਾਏ ਮਿਹਰ ਕਿੰਨਾ ਖਲਾਰਾ ਪਾਤਾ ਪੁੱਤ ਨਾ ਖਲਾਰਾ ਪਾ ਅੱਗੇ ਤੇਰੀ ਭੂਈ ਆਈ ਆ ਉਹਨੂੰ ਤੇ ਗੱਲ ਕਰਨ ਦਾ ਕੋਈ ਨਾ ਕੋਈ ਪਹਿਲਾਂ ਹੀ ਮੌਕਾ ਚਾਹੀਦਾ ਹੁੰਦਾ ਆ ਬੈਠੇ ਮੇਰਾ ਪੁੱਤ ਸਾਰਾ ਖਲਾਰਾ ਸਾਂਭਾ ਜਿੰਨੀਆਂ ਦੀ ਸਾਂਭੀ ਉਨੀਆਂ ਦੀ ਖਲਾਰ ਦਿੰਦੀ ਆ ਕੇ ਕੀ ਗੱਲ ਭਾਬੀ ਅੱਜ ਡਿਊਟੀ ਨਹੀਂ ਗਏ ਬਸ ਵੈਸੇ ਹੀ ਨਹੀਂ ਗਈ ਅੱਜ ਤੇ ਫਿਰ ਇੰਨੇ ਅੱਧੇ ਦਿਨ ਤੱਕ ਖਲਾਰਾ ਕੱਟ ਪਾਇਆ ਵਾ ਆਹ ਤੇ ਮਿਹਰ ਤੋਰਨ ਲੱਗ ਗਈ ਆ ਨਾ ਹੁਣ ਤੇ ਸਾਰੀਆਂ ਚੀਜ਼ਾਂ ਚੁੱਕ ਚੁੱਕ ਕੇ ਖਲਾਰਾ ਪਾ ਦਿੰਦੀ ਆ ਮੈਂ ਤੇ ਬਸ ਚੁੱਕਦੀ ਰਹਿੰਦੀ ਸਾਰਾ ਦਿਨ ਕੀ ਗੱਲ ਆ ਕੁੜੀ ਦਾ ਤੇ ਰਿਮੋਟ ਫੜਾਇਆ ਵਾ ਖਰਾਬ ਕਰਨਾ ਵਾ ਕੋਈ ਖਡਾਉਣਾ ਨਹੀਂ ਦਿੱਤਾ ਜਾਂਦਾ ਮੈਂ ਤੇ ਬਸ ਵੈਸੇ ਬੈੱਡ ਤੇ ਬਿਠਾਇਆ ਸੀ ਸਮਾਨ ਚੁੱਕਣ ਦੀ ਹੀ ਆਹੋ ਚੀਜ਼ਾਂ ਖਰਾਬ ਕਰੀ ਜਾਓਗੇ ਨਵੀਆਂ ਚੀਜ਼ਾਂ ਨਾ ਬਣਾਇਓ ਚੀਜ਼ਾਂ ਨਹੀਂ ਦੇਣੀਆਂ ਖਡੋ ਖੇਡਣ ਵਾਲੀਆਂ ਚੀਜ਼ਾਂ ਨਹੀਂ ਦੇਣੀਆਂ ਵਿੱਕੀ ਲਿਆਵਾਂ ਮੈਂ ਕੱਪੜੇ ਤੁਹਾਡੇ ਚੇਂਜ ਕਰ ਲਓ ਉਹ ਕੱਪੜੇ ਤਾਂ ਚੇਂਜ ਕਰ ਲੈਂਦੇ ਹਾਂ ਮੈਨੂੰ ਇਹ ਦੱਸ ਆਪਾਂ ਸੌਣਾ ਕਿੱਥੇ ਆ ਸੌਣਾ ਕਿੱਥੇ ਇੱਥੇ ਸੌਣਾ ਹੋਰ ਕਿੱਥੇ ਸੌਣਾ ਉਹ ਇੱਥੇ ਤਾਂ ਗਰਮੀ ਬੜੀ ਆ ਲੋਬੀ ਦੇ ਵਿੱਚ ਗਰਮੀ ਤਾਂ ਮੈਨੂੰ ਵੀ ਪਤਾ ਹੈਗੀ ਆ ਏਸੀ ਲਵਾਇਆ ਭਾਬੀ ਨੇ ਆਪਣੀ ਕਮਾਈ ਦਾ ਪਰ ਮੈਂ ਨਹੀਂ ਜੀ ਉਹਨੂੰ ਕਹਿਣਾ ਨਾ ਨਾ ਭਾਜੀ ਆਹ ਕਿੱਦਾਂ ਦੀ ਗੱਲ ਕਰ ਦਿੱਤੀ ਤੁਸੀਂ ਤੁਸੀਂ ਚਲੋ ਅੰਦਰ ਸੌਂ ਜਾਓ ਮੈਂ ਤੇ ਮੇਹਰ ਉੱਥੇ ਕੂਲਰ ਅੱਗੇ ਸੌਂ ਜਾਂਗੀਆਂ ਬਾਹਰ ਗਰਮੀ ਬਹੁਤ ਜ਼ਿਆਦਾ ਆ ਚਲੋ ਕੋਈ ਨਹੀਂ ਸੌਂਜਣੇ ਚੱਲ ਜਾ ਲਿਆ ਮੇਰੇ ਕੱਪੜੇ ਨਾਲੇ ਕੱਪੜੇ ਚੇਂਜ ਕਰ ਲਵਾਂ ਆਲੋ ਵਿੱਕੀ ਪਾਣੀ ਪ੍ਰੀਤ ਹਾਂਜੀ ਇੱਧਰ ਆ ਗੱਲ ਸੁਣ ਦੱਸੋ ਬਹਿ ਜਾ ਮੈਂ ਤਾਂ ਇੱਕ ਗੱਲ ਨੋਟਿਸ ਕਰਨ ਡਿਆ ਸੀ ਤੇਰੀਆਂ ਭਾਬੀਆਂ ਕਿੰਨੀਆਂ ਚੰਗੀਆਂ ਉੱਦਾਂ ਕਿਉਂ ਆਹੋ ਕਿੰਨੀ ਸੇਵਾ ਕਰਦੀਆਂ ਆ ਤਾਂ ਹੁਣ ਵਿਹਲਾ ਸੌਣ ਵਾਲੀ ਗੱਲ ਮੈਨੂੰ ਬੜੀ ਚੰਗੀ ਲੱਗੀ ਭਾਬੀ ਦੀ ਆਪ ਵਿਹਲਾ ਨਿੱਕੀ ਜਿਹੀ ਕੁੜੀ ਨੂੰ ਲੈ ਕੇ ਬਾਹਰ ਪੈ ਗਿਆ ਤਾਂ ਸਾਨੂੰ ਕਹਿੰਦੇ ਤੁਸੀਂ ਅੰਦਰ ਪੈ ਜਾਓ ਏਸੀ ਵਾਲੇ ਰੂਮ 'ਚ ਹਾਂ ਮੇਰੀਆਂ ਭਾਬੀਆਂ ਤਾਂ ਚੰਗੀਆਂ ਨੇ ਤੁਹਾਡਾ ਹੀ ਭਰਾ ਨਹੀਂ ਚੰਗਾ ਜਿਹੜਾ ਜਨਾਨੀਆਂ ਵਾਂਗੂ ਲੜਦਾ ਵਾ ਮੈਂ ਹੁਣ ਤੱਕ ਇਹ ਸੋਚਦੀ ਰਹੀ ਸੀ ਕਿ ਮੇਰਾ ਭਰਾ ਗਲਤ ਆ ਜਿਹੜਾ ਜਨਾਨੀ ਦੇ ਪਿੱਛੇ ਲੱਗਾ ਵਾ ਪਰ ਨਹੀਂ ਜੇ ਉਹ ਉਹਦੇ ਨਾਲ ਸਾਥ ਦਿੱਤਾ ਸੀ ਨਾ ਤਾਂ ਅੱਜ ਉਹ ਨੌਕਰੀ ਕਰਨ ਡੀ ਆ ਅਤੇ ਘਰ ਦੀਆਂ ਸਾਰੀਆਂ ਚੀਜ਼ਾਂ ਉਹਨੇ ਬਣਾ ਲਈਆਂ ਵਾ ਉਹ ਚੱਲ ਚੱਲ ਜਾ ਭਾਬੀ ਨੂੰ ਕਹਿ ਕਿ ਅੰਦਰ ਆ ਜਾਣ ਉਹ ਵੀ ਨਿੱਕੀ ਜਿਹੀ ਕੁੜੀ ਆ ਕਿੱਥੇ ਗਰਮੀ ਦੇ ਵਿੱਚ ਪਏ ਆ ਇੱਥੇ ਗੱਦਾ ਲਾ ਲੈਂਦੇ ਅੰਦਰ ਏਸੀ ਵਾਲੇ ਰੂਮ 'ਚ ਚਲੋ ਕੋਈ ਨਹੀਂ ਮੈਂ ਕਹਿ ਦਿੰਦੀ ਹਾਂ ਮੰਮੀ ਪ੍ਰੀਤ ਦੀਆਂ ਭਾਬੀਆਂ ਇੰਨੀਆਂ ਚੰਗੀਆਂ ਕਿਤੇ ਕਹਿਣ ਦੀ ਕੋਈ ਗੱਲ ਹੀ ਨਹੀਂ ਫਿਰ ਮੈਂ ਤਾਂ ਸੁਣਿਆ ਇਹਨਾਂ ਦੀ ਬਣਦੀ ਨਹੀਂ ਸੀ ਆਪੋ ਵਿੱਚ ਮੰਮੀ ਮੈਨੂੰ ਇਸ ਗੱਲ ਦਾ ਤਾਂ ਪਤਾ ਨਹੀਂ ਇਹਨਾਂ ਦੀ ਬਣਦੀ ਕਿ ਨਹੀਂ ਬਣਦੀ ਪਰ ਮੈਂ ਜੋ ਹੁਣ ਵੇਖ ਕੇ ਆਇਆ ਨਾ ਉਸ ਹਿਸਾਬ ਨਾਲ ਤਾਂ ਇਹਨਾਂ ਦੀਆਂ ਜਿੰਨੀਆਂ ਤਾਰੀਫਾਂ ਕਰੀਆਂ ਨਾ ਓਨੀਆਂ ਹੀ ਥੋੜ੍ਹੀਆਂ ਆ ਹਾਂ ਤਾਰੀਫਾਂ ਤਾਂ ਹੋਣੀਆਂ ਹੀ ਆ ਮੁੰਡਾ ਤਾਇਆ ਤਾਇਆ ਸੋਹਰਾ ਤਾਂ ਜੋ ਹੋ ਗਿਆ ਵਾ ਜਿੱਥੇ ਤਾਰੀਫ ਕਰਨ ਦਾ ਹੱਕ ਹੋਵੇ ਨਾ ਉੱਥੇ ਤਾਰੀਫ ਕਰ ਦੇਣੀ ਚਾਹੀਦੀ ਆ ਭਾਵੇਂ ਗਾੜੀ ਦੁਸ਼ਮਣ ਕਿਉਂ ਨਾ ਹੋਵੇ ਆਪਣਾ ਰਹੀ ਦੂਜੀ ਗੱਲ ਪ੍ਰੀਤ ਦੀ ਨਹੀਂ ਮੈਂ ਤਾਰੀਫ ਕਰਤੀ ਮੈਨੂੰ ਪਤਾ ਉਹ ਵੀ ਲੜਾਕੀ ਆ ਤੇ ਤੂੰ ਮੇਰੀ ਗੱਲ ਸੁਣ ਲਾ ਤੂੰ ਘੱਟ ਸਿੰਘ ਫਸਾਇਆ ਕਰ ਤੂੰ ਵੀ ਬੜਾ ਬੋਲਦਾ ਅੱਗੇ ਤੇ ਜਿੰਨਾ ਅੱਗੇ ਬੋਲੇਗਾ ਨਾ ਇੱਦਾਂ ਆਦਤ ਬਣ ਜਾਂਦੀ ਆ ਅੱਗੇ ਬੋਲਣ ਦੀ ਕੱਲ੍ਹ ਨੂੰ ਤੇਰਾ ਵੀ ਵਿਆਹ ਹੋਣਾ ਆ ਤੇਰੀ ਵੀ ਘਰ ਵਾਲੀ ਆਉਣੀ ਆ ਇੱਦਾਂ ਨਾਲ ਉਹਦੇ ਸਿੰਘ ਫਸਾਇਆ ਕਰੇਗਾ